ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਜਿਹੜੀ ਇਹ ਮੱਝ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਗੇ, ਇਹ ਮੱਝ ਦਾ ਨਾਂ ਹੈ ਲਕਸ਼ਮੀ, ਜਿਹੜੀ ਹੀਰੇ ਬੁੱਲ ਦੀ ਮਾਂ ਨਾਲ ਫੇਮਸ ਹੈ ਨਾ। ਇਹ ਹੀਰੇ ਬੁੱਲ ਦੀ ਮਾਂ ਹੈਗੀ, ਜਿਹੜਾ ਆਪਣੇ ਅੰਕਲ ਕਪੂਰ ਸਿੰਘ ਵਰਗਿਆਂ ਕੋਲ ਇੱਧਰ ਹੁੰਦਾ ਸੀਗਾ, ਉਹ ਬੁੱਲ ਇਸ ਦੁਨੀਆਂ 'ਚ ਨਹੀਂ ਰਿਹਾ ਹੁਣ। ਅਤੇ ਇਹ ਲਕਸ਼ਮੀ ਮੱਝ ਹੈ, ਸਭ ਤੋਂ ਮਹਿੰਗੀ ਮੱਝ ਜਿਹੜੀ ਆਂਧਰਾ ਪ੍ਰਦੇਸ਼ ਦੇ ਵਿੱਚ ਗਈ ਸੀਗੀ ਵੇਖ ਕੇ। ਇਹ ਵੀ ਰਾਜੀਵ ਸਰਪੰਚ ਲੈ ਕੇ ਗਏ ਸੀਗੇ ਰਾਜੀਵ ਡੇਅਰੀ ਫਾਰਮ ਦੇ ਉੱਤੇ, ਅੱਜ ਵੀ ਉਹ ਇਹ ਉੱਥੇ ਹੈਗੀ ਹੈ ਮੱਝ। ਅਤੇ ਬਹੁਤ ਜ਼ਿਆਦਾ ਸੋਹਣੀ, ਬਿਊਟੀ ਪੱਖੋਂ ਬਹੁਤ ਜ਼ਿਆਦਾ, ਇਹਨੇ ਕੰਪੀਟੀਸ਼ਨ ਬਿਊਟੀ ਕੰਪੀਟੀਸ਼ਨ ਦੇ ਵੀ ਬਹੁਤ ਜਿੱਤੇ ਸੀਗੇ ਹੈ ਨਾ। ਅਤੇ ਦੁੱਧ ਪੱਖੋਂ ਵੀ ਇਹਨੇ ਦੁੱਧ ਵੀ ਰਿਕਾਰਡ ਕਰਵਾਇਆ ਸੀਗਾ ਇੱਧਰ ਆਪਣੇ ਹਰਿਆਣੇ ਦੇ ਵਿੱਚ। ਅਤੇ ਮੁਕਤਸਰ ਵੀ ਇਹ ਮੇਲੇ 'ਤੇ ਮੰਨ ਕੇ ਚੱਲ ਵੀ ਇਹ ਬਿਊਟੀ ਕੰਪੀਟੀਸ਼ਨ ਇਹਨੇ ਜਿੱਤੇ ਸੀਗੇ। ਅਤੇ ਹੱਦੋਂ ਵੱਧ ਜ਼ਿਆਦਾ ਬਿਊਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਨਾ, ਵੀ ਕਿੰਨੀ ਜ਼ਿਆਦਾ ਬਿਊਟੀ ਹੈ। ਪਿਓਰ ਮੁਰਾ ਦੇ ਵਿੱਚ ਮੱਝ ਸੀਗੀ ਇਹ, ਪਿਓਰ ਮੁਰਾ ਦੇ ਵਿੱਚ ਜਿਹੜੀ ਹੱਦੋਂ ਵੱਧ ਜਿਹੜੀ ਇਹਦੇ ਵਿੱਚ ਬਿਊਟੀ ਹੈ ਪਿਓਰ ਮੁਰਾ ਦੇ ਵਿੱਚ। ਜੇ ਆਪਾਂ ਬਰੀਡ ਦੇ ਆਪਾਂ ਕਰੈਕਟਰ ਦੇਖਣੇ ਹੈ ਨਾ, ਇੰਨਾ ਕੁ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਮੁਰਾ ਬਰੀਡ ਕਿਹੋ ਜਿਹੀ ਹੁੰਦੀ ਹੈ। ਤੁਹਾਨੂੰ ਸਿੱਖਣ ਨੂੰ ਮਿਲ ਜੂਗਾ ਵੀ ਇਹ ਮੁਰਾ ਬਰੀਡ ਹੈਗੀ ਹੈ, ਮੂਹਰੋਂ ਪਤਲੀ ਪਿੱਛੋਂ ਚੌੜੀ। ਅਤੇ ਕੰਪੀਟੀਸ਼ਨ ਇਹਨੇ ਬਿਊਟੀ ਕੰਪੀਟੀਸ਼ਨ ਜਿੱਤੇ ਦੁੱਧ ਦੇ ਨਾਲ ਨਾਲ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਨਾ। ਕਈ ਮੱਝਾਂ ਹੁੰਦੀਆਂ ਜਿਹੜੀਆਂ ਚੰਗੀਆਂ ਹੁੰਦੀਆਂ ਦੁੱਧ ਪੱਖੋਂ, ਪਰ ਉਹਨਾਂ ਦੇ ਵਿੱਚ ਬਿਊਟੀ ਨਹੀਂ ਹੁੰਦੀ। ਅਤੇ ਕਈ ਮੱਝਾਂ ਅਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਬਿਊਟੀ ਬਹੁਤ ਜ਼ਿਆਦਾ ਹੁੰਦੀ ਹੈ, ਪਰ ਉਹ ਦੁੱਧ 'ਚ ਕਿਤੇ ਨਾ ਕਿਤੇ ਮਾਰ ਖਾਂਦੀਆਂ ਹੁੰਦੀਆਂ। ਅਤੇ ਪਰ ਇਹ ਜਿਹੜੀਆਂ ਮੱਝਾਂ ਹੈਗੀਆਂ ਉਹ ਨਾਲੇ ਦੁੱਧ ਪੱਖੋਂ ਅਤੇ ਨਾਲੇ ਬਿਊਟੀ ਪੱਖੋਂ ਬਹੁਤ ਜ਼ਿਆਦਾ ਰਿਕਾਰਡ ਤੋੜ ਮੱਝਾਂ। ਅਤੇ ਫਿਰ ਹੀ ਆਪਾਂ ਕਹਿ ਸਕਦੇ ਹਾਂ ਨਾ ਵੀ 25 ਲੱਖ ਰੁਪਇਆ ਜਿਹੜਾ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਇਹ ਮੱਝ ਵੇਚ ਕੇ ਗਈ ਸੀ, ਅਤੇ 25 ਲੱਖ ਦੀ ਵੇਚ ਕੇ ਗਈ ਹੋਈ ਸੀਗੀ। 25 ਲੱਖ ਰੁਪਇਆ ਬਹੁਤ ਹੁੰਦਾ ਹੈ ਨਾ। ਅਤੇ ਇੱਥੋਂ ਇੱਕ ਚੀਜ਼ ਦਾ ਹੋਰ ਪਤਾ ਲੱਗਦਾ ਹੈਗਾ ਵੀ ਰਾਜੀਵ ਸਰਪੰਚ ਜਿਹੜੀ ਉਹਨਾਂ ਦੀ ਸੋਚ ਹੈਗੀ ਹੈ ਨਾ, ਅਤੇ ਉਹ ਬਹੁਤ ਜ਼ਿਆਦਾ ਚੰਗੀ ਹੋਣੀ ਹੈ। ਕਿਉਂਕਿ 25 ਲੱਖ ਦੇ ਵਿੱਚ ਜੇ ਉਹਨਾਂ ਨੇ ਕਿਤੇ ਸੀਮਣੀ ਵੇਚਣਾ ਹੁੰਦਾ ਇਕੱਲਾ, ਤਾਂ ਉਹ ਮੇਰੇ ਹਿਸਾਬ ਦੇ ਨਾਲ 25 ਝੋਟੇ ਆਰਾਮ ਨਾਲ ਖਰੀਦ ਕੇ ਲਿਜਾ ਸਕਦੇ ਸੀਗੇ ਹੈ ਨਾ, ਅਤੇ ਕੱਟੇ ਖਰੀਦ ਕੇ ਲਿਜਾ ਸਕਦੇ ਸੀਗੇ। ਅਤੇ ਦੂਜਾ ਨੰਬਰ ਉਹ ਹੀਰਾ ਬੁੱਲ ਵੀ ਖਰੀਦ ਕੇ ਲਿਜਾ ਸਕਦੇ ਸੀਗੇ ਜੇ ਉਹਨਾਂ ਨੇ ਕੋਈ ਸੀਮਣ ਦਾ ਕੰਮ ਕਰਨਾ ਹੁੰਦਾ ਇਕੱਲਾ ਹੈ ਨਾ। ਤਾਂ ਉਹ ਉਹਨਾਂ ਟਾਈਮਾਂ ਦੇ ਵਿੱਚ ਉਦੋਂ ਦਾ, ਹੁਣ ਉਹਨਾਂ ਨੇ ਸੀਮਣ ਭੇਜਣ ਲੱਗੇ ਹੈਗੇ ਆਂਧਰਾ ਦੇ ਵਿੱਚ ਤਿਆਰ ਕਰਕੇ, ਪਰ ਉਹ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਵੀ ਚਲਾ ਸਕਦੇ ਸੀਗੇ। 25-25 ਲੱਖ ਦੀਆਂ, 20-20 ਲੱਖ ਦੀਆਂ ਮੱਝਾਂ ਖਰੀਦ ਕੇ ਲੈ ਕੇ ਗਏ ਉਹ। ਮੈਂ ਕਹਿੰਦਾ ਵੀ 5-5, 7-7 ਲੱਖ ਤੋਂ ਘੱਟ ਤਾਂ ਉਹਨਾਂ ਨੇ ਕੋਈ ਮੱਝ ਵੀ ਨਹੀਂ ਖਰੀਦੀ, ਠੀਕ ਹੈ। ਸਾਰੀਆਂ ਚੰਗੀਆਂ ਤੋਂ ਚੰਗੀਆਂ ਮੱਝਾਂ ਇੱਧਰ ਰਹਿ ਕੇ ਚਵਾਈਆਂ ਕਰਕੇ ਰਿਕਾਰਡ ਕਰਕੇ ਦੇਖ ਕੇ ਹੈ ਨਾ, ਫਿਰ ਲੈ ਕੇ ਗਏ ਮੱਝਾਂ ਚੰਗੀਆਂ ਚੈੱਕ ਕਰਕੇ ਜਿਨ੍ਹਾਂ ਨੇ ਇੱਧਰੋਂ ਰਿਕਾਰਡ ਚੰਗੇ ਕਰੇ ਹੋਏ ਸੀਗੇ। ਅਤੇ ਉਹ ਮੱਝਾਂ ਚੰਗੇ ਦੁੱਧ ਵਾਲੀਆਂ ਲੈ ਕੇ ਗਏ, ਫਿਰ ਉਹਨਾਂ ਨੂੰ ਚਾਹੇ ਕਿੰਨੀ ਮਰਜ਼ੀ ਕੀਮਤ ਦੇਣੀ ਪੈਗੀ ਹੋਵੇ, ਉਹਨਾਂ ਨੇ 5-5, 7-7 ਲੱਖ ਤੋਂ ਸਟਾਰਟਿੰਗ ਕਰਕੇ 16-16, 17-17 ਲੱਖ ਤੱਕ 20-20 ਲੱਖ ਦੀਆਂ ਮੱਝਾਂ, ਅਤੇ 25 ਲੱਖ ਦੀ ਮੱਝ ਇਹ ਉਦੋਂ ਅਖਬਾਰਾਂ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਰਹੀ ਸੀਗੀ, 25 ਲੱਖ ਰੁਪਏ ਦੀ ਮੱਝ ਵਿਕੀ ਹੋਈ ਸੀਗੀ ਇਹ। ਅਤੇ ਉਹਨਾਂ ਨੇ ਕੋਈ ਨਾ ਕੋਈ ਖਾਸੀਅਤ, ਇਹ ਤਾਂ ਹੈ ਨਹੀਂ ਹੈ ਨਾ ਵੀ 25 ਲੱਖ ਰੁਪਇਆ ਐਵੇਂ ਸਿੱਟ ਗਏ ਉਹ, ਤਾਂ ਕੋਈ ਨਾ ਕੋਈ ਖਾਸੀਅਤ ਮੱਝ ਦੇ ਵਿੱਚ ਦੇਖ ਕੇ ਫਿਰ 25 ਲੱਖ ਰੁਪਇਆ ਜਿਹੜਾ ਉਹਨਾਂ ਨੇ ਲਾਇਆ। 25 ਲੱਖ ਦੀ ਮੱਝ ਲੈ ਕੇ ਗਏ, ਪਰ ਉਹ ਉਹਨਾਂ ਦੀ ਸੋਚ ਇਹ ਸੀ ਵੀ ਉਹ ਆਪਦੇ ਹੱਥੀਂ ਬਰੀਡਿੰਗ ਕਰਨ, ਠੀਕ ਹੈ। ਇਹ ਹੁੰਦਾ ਸ਼ੌਂਕ, ਸ਼ੌਂਕ ਵੀ ਕਹਿ ਸਕਦੇ ਹਾਂ ਇਸਨੂੰ, ਇਹ ਵੀ ਕਹਿ ਸਕਦੇ ਹਾਂ ਵੀ ਯਾਰ ਉਹਨਾਂ ਨੂੰ ਇੱਕ ਇਹ ਸੀਗਾ ਵੀ ਆਪਦੇ ਹੱਥੀਂ ਜਿਹੜੀ ਬਰੀਡਿੰਗ ਉਹ ਕਰਨਗੇ ਲਿਜਾ ਕੇ ਨਾ, ਉਹ ਸਹੀ ਹੋਣੀ ਹੈਗੀ ਹੈ ਨਾ। ਅਤੇ ਕਿਸੇ 'ਤੇ ਉਹਨਾਂ ਨੇ ਯਕੀਨ ਨਹੀਂ ਕੀਤਾ, ਖੁਦ ਆਪ ਲੈ ਕੇ ਮੱਝਾਂ, ਚਾਹੇ ਉਹਨਾਂ ਨੂੰ ਕਿੰਨਾ ਵੀ ਰੁਪਇਆ ਲਾਉਣਾ ਪੈ ਗਿਆ, ਪੈਸਾ ਬਹੁਤ ਉਹਨਾਂ ਨੇ ਖਰਚਿਆ, ਠੀਕ ਹੈ। ਪਰ ਉਹਨਾਂ ਦੀ ਇੱਕ ਸੋਚ ਸੀਗੀ ਵੀ ਉਹ ਆਪਦੇ ਹੱਥੀਂ ਬਰੀਡਿੰਗ ਕਰਨਗੇ ਲਿਜਾ ਕੇ। ਅਤੇ ਉਹਨਾਂ ਨੇ ਇਹ ਨਹੀਂ ਵੀ ਝੋਟੇ ਨਹੀਂ ਖਰੀਦੇ, ਕੱਟੇ ਨਹੀਂ ਖਰੀਦੇ, ਠੀਕ ਹੈ। ਹਾਲਾਂਕਿ ਉਹ ਖਰੀਦ ਕੇ ਲਿਜਾ ਸਕਦੇ ਸੀਗੇ, ਸੀਮਨ ਬੈਂਕ ਉਹਨਾਂ ਦਾ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਤਿਆਰ ਹੋ ਜਾਣਾ ਸੀਗਾ। ਪਰ ਉਹਨਾਂ ਨੇ ਚੰਗੀਆਂ ਮੱਝਾਂ ਕਲੈਕਟ ਕੀਤੀਆਂ, ਉਹਨਾਂ ਦੇ ਚੰਗੇ ਸੀਮਨ ਲਾਏ, ਚੰਗੇ ਸੀਮਨ ਲਾ ਕੇ ਉਹਨਾਂ ਨੇ ਅੱਗੇ ਬੱਚੇ ਤਿਆਰ ਕਰੇ, ਜਿਹੜੀਆਂ ਕੱਟੀਆਂ ਉਹਨਾਂ ਦੀਆਂ ਤਿਆਰ ਹੋਈਆਂ ਉਹ ਚੰਗੇ ਦੁੱਧ 'ਤੇ ਆਈਆਂ। ਉਹਨਾਂ ਨੇ ਇੱਕ ਇਹ ਨਹੀਂ ਹੈ ਵੀ ਇਕੱਲੇ ਬੁੱਲ ਤਿਆਰ ਕਰ ਲਏ ਅਤੇ ਬਸ ਸੀਮਨ ਬੈਂਕ ਬਣਾ ਲਿਆ, ਨਹੀਂ। ਉਹਨਾਂ ਨੇ ਮੱਝਾਂ ਦੀ ਡੇਅਰੀ ਹੈ ਜਿਹੜੀ ਉਹ ਆਰਡਰ ਰੱਖੀ ਹੋਈ ਹੈ, ਉੱਥੇ ਚੰਗੀਆਂ ਮੱਝਾਂ ਰੱਖੀਆਂ ਹੋਈਆਂ, ਜਿਹੜੇ ਉਹਨਾਂ ਦੇ ਆਪਦੇ ਖੁਦ ਦੇ ਜਿਹੜੇ ਝੋਟੇ ਤਿਆਰ ਕਰੇ ਹੋਏ, ਸਾਣ ਤਿਆਰ ਕਰੇ ਹੋਏ ਹੈ, ਉਹ ਸਾਣੇ ਸਾਰੇ ਬੁੱਲਾਂ ਦੇ ਜਿਹੜੇ ਉਹ ਬੱਚੇ ਜਿਹੜੇ ਤਾਂ ਕੱਟੇ ਹੁੰਦੇ ਆ, ਉਹਨਾਂ ਨੂੰ ਤਾਂ ਉਹ ਸੀਮਣ ਦੇ ਵਿੱਚ ਸੀਮਣ ਬੈਂਕ ਦੇ ਵਿੱਚ ਉਹਨਾਂ ਨੂੰ ਤਿਆਰ ਕਰ ਲੈਂਦੇ ਹੈਗੇ, ਉਹਨਾਂ ਦਾ ਸੀਮਣ ਜਿਹੜਾ ਉਹ ਅਵੇਲੇਬਲ ਕਰਾ ਦਿੰਦੇ ਹੈਗੇ ਹੈ ਨਾ। ਸੀਮਣ ਤਿਆਰ ਕਰਕੇ ਉਹ ਲੋਕਾਂ ਤੱਕ ਪਹੁੰਚਦਾ ਕਰਦੇ ਆ। ਜਿਹੜੀਆਂ ਕੱਟੀਆਂ ਹੁੰਦੀਆਂ ਉਹ ਮੱਝਾਂ ਦੀਆਂ, ਇਹਨਾਂ ਮੱਝਾਂ ਦੀਆਂ ਜਾਂ ਇਹ ਬੁੱਲਾਂ ਦੀਆਂ, ਠੀਕ ਹੈ, ਉਹਨਾਂ ਦੀਆਂ ਉਹ ਡੈਰੀ ਦੇ ਵਿੱਚ ਰੱਖਦੇ ਆਪਦੇ ਦੀ,
ਤੇ ਜਦੋਂ ਉਹਨਾਂ ਦਾ ਉਹ ਸਹੀ ਦੁੱਧ ਦੇ ਵਿੱਚ ਆਉਂਦੀਆਂ ਹੈਗਾ, ਪ੍ਰੋਜਨੀ ਟੈਸਟ ਹੋ ਜਾਂਦੀਆਂ, ਨਾਲੇ ਤਾਂ ਸਹੀ ਦੁੱਧ ਦੇ ਵਿੱਚ ਆਉਂਦੀਆਂ ਹੈ ਗਾਹਾਂ, ਉਹਨਾਂ ਨੂੰ ਵੀ ਬਰੀਡਿੰਗ ਦੇ ਤੌਰ 'ਤੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਤਿਆਰ ਕਰਦੇ ਹੈਗੇ ਉਹ। ਇਹ ਨਹੀਂ ਹੈ ਵੀ ਯਾਰ ਕੱਟੀਆਂ ਨੂੰ ਉਹ ਕਿਧਰੇ ਸੇਲ ਕਰ ਦਿੰਦੇ ਹੈ ਨਾ, ਜਾਂ ਮੱਝਾਂ ਨੂੰ ਸੇਲ ਕਰ ਦੇਣ, ਇਕੱਲੇ ਬੁੱਲਾਂ ਤੱਕ ਮਤਲਬ ਨਹੀਂ ਹੈਗਾ ਉਹਨਾਂ ਦਾ, ਸਿਰਫ ਮਤਲਬ ਹੈ ਬਰੀਡ ਸੁਧਾਰਨ ਵਾਸਤੇ। ਅਸਲ ਦੇ ਵਿੱਚ ਜੇ ਕੋਈ ਬਰੀਡ ਸੁਧਾਰ ਕਰ ਰਿਹਾ ਤਾਂ ਉਹ ਆਂਧਰਾ ਪ੍ਰਦੇਸ਼ ਵਾਲੇ, ਆਪਾਂ ਕਹਿ ਸਕਦੇ ਹਾਂ ਵੀ ਸੀਮਣ, ABC ਸੀਮਣ ਬੈਂਕ ਵਾਲੇ ਹੀ ਕਰ ਰਹੇ ਹੈਗੇ। ਕਿਉਂਕਿ ਉਹਨਾਂ ਦੀ ਮੈਨੂੰ ਇਹ ਖਾਸੀਅਤ ਲੱਗੀ ਇੱਕ, ਵੀ ਉਹ ਸਾਰੀਆਂ ਕੱਟੀਆਂ ਤਿਆਰ ਕਰਦੇ ਹੈਗੇ, ਉਹਨਾਂ ਨੂੰ ਵੀ ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਮਾਣ ਹੈ, ਭਰੋਸਾ ਹੈ ਵੀ ਉਹਨਾਂ ਦੀ ਜਿਹੜੀ ਬਰੀਡ ਤਿਆਰ ਕਰ ਰਹੇ ਆ ਉਹ ਬਹੁਤ ਜ਼ਿਆਦਾ ਚੰਗੀ ਹੈ। ਇਸ ਕਰਕੇ ਉਹ ਸਾਰੇ ਬੁੱਲਾਂ ਦੀਆਂ ਕੱਟੀਆਂ ਆਪਦੇ ਉਹਨਾਂ ਦੇ ਫਾਰਮਾਂ ਦੇ ਪਹਿਲਾਂ ਆਉਂਦੀਆਂ, ਉਦੋਂ ਤੱਕ ਉਹ ਸੂ ਪੈਂਦੀਆਂ ਹੈਗੀਆਂ ਜਾਂ ਉਹ ਸੂਣ ਦੇ ਨੇੜੇ ਹੁੰਦੀਆਂ, ਜਦੋਂ ਤੱਕ ਉਹਨਾਂ ਦਾ ਸੀਮਣ ਆਪਣੇ ਤੱਕ ਪਹੁੰਚਦਾ ਹੈਗਾ ਉਹ ਬੁੱਲਾਂ ਦਾ। ਠੀਕ ਹੈ, ਸਭ ਤੋਂ ਪਹਿਲਾਂ ਉਹਨਾਂ ਦੇ ਆਹ ਚੰਗੀਆਂ ਮੱਝਾਂ ਤੋਂ ਤਿਆਰ ਕਰਦੇ ਆ ਉਹ, ਅਤੇ ਇਹ ਸਭ ਤੋਂ ਵਧੀਆ ਪਹਿਲ ਹੈ ਮੈਂ ਕਹਿ ਸਕਦਾ ਵੀ ਨਸਲ ਸੁਧਾਰ ਦੇ ਵਿੱਚ। ਅਤੇ ਜਿਹੜੀਆਂ ਇਹ ਮੱਝਾਂ ਹੈਗੀਆਂ ਇਹਨਾਂ ਨੂੰ ਖਰੀਦ ਕੇ ਲੈ ਕੇ ਗਏ ਨਾ ਉਹ ਇੱਧਰੋਂ ਚੰਗੇ ਰੁਪਈਆਂ ਦੇ ਵਿੱਚ, ਹਾਲਾਂਕਿ ਉਹ ਇੱਧਰੋਂ ਕੱਟੇ ਵੀ ਤਿਆਰ ਲਿਜਾ ਸਕਦੇ ਸੀਗੇ, 25-30 ਕੱਟੇ ਆਰਾਮ ਨਾਲ ਇਕੱਠੇ ਕਰ ਸਕਦੇ ਸੀਗੇ ਉਹ, ਇੰਨੇ ਪੈਸੇ ਦੇ ਵਿੱਚ ਉਹ 100 ਬੁੱਲ ਆਰਾਮ ਨਾਲ ਸਿਲੈਕਟ ਕਰ ਸਕਦੇ ਸੀਗੇ ਪੰਜਾਬ ਹਰਿਆਣੇ ਦੇ ਵਿੱਚੋਂ ਜਾ ਕੇ ਉਹਨਾਂ ਨੇ ਕਰਨਾ ਹੁੰਦਾ ਤਾਂ। ਪਰ ਉਹਨਾਂ ਨੇ ਮੱਝਾਂ ਤਿਆਰ ਕਰੀਆਂ, ਬਰੀਡਿੰਗਾਂ ਆਪਦੇ ਹੱਥੀਂ ਕਰੀ, ਉਹਨਾਂ ਦੇ ਉੱਤੇ ਰਾਕੀ ਵਰਗੇ ਚੰਗੇ ਸਾਨਾਂ ਦਾ ਜਿਹੜੇ ਪ੍ਰੋਜਨੀ ਟੈਸਟਡ ਸਾਨ ਹੋ ਗਏ ਉਹਨਾਂ ਦਾ ਸੀਮਣ ਲਾਇਆ, ਭੀਮ ਵਰਗੇ ਬੁੱਲ ਜਿਹੜੇ ਉਹਨਾਂ ਕੋਲ ਹੈਗੇ ਹੈਗੇ, ਠੀਕ ਹੈ, ਜਾਂ ਸ਼ੇਰੂ ਵਰਗੇ ਬੁੱਲ ਹੈਗੇ ਆ ਉਹਨਾਂ ਦਾ ਸੀਮਣ ਲਾਇਆ, ਚੰਗੇ ਸੀਮਣਾਂ ਦਾ, ਜੋਗਰਾਜ ਵਰਗੇ ਜਿਹੜੇ ਹੋ ਗਏ ਨਾ, ਚੰਗੇ ਸੀਮਣ ਲਾ ਕੇ ਉਹਨਾਂ ਨੇ ਬੱਚੇ ਲਏ। ਉਦੋਂ ਬਾਅਦ ਉਹਨਾਂ ਦਾ, ਉਹਨਾਂ ਦੇ ਜਿਹੜੇ ਬੱਚੇ ਤਿਆਰ ਹੋ ਗਏ, ਠੀਕ ਹੈ, ਉਹਨਾਂ ਨੂੰ ਉਸ ਚੀਜ਼ ਦੇ ਉੱਤੇ ਭਰੋਸਾ ਹੋ ਗਿਆ। ਉਦੋਂ ਬਾਅਦ ਉਹਨਾਂ ਨੇ ਉਹਨਾਂ ਦਾ ਸੀਮਣ ਤਿਆਰ ਕਰਿਆ, ਫਿਰ ਅੱਗੇ ਉਹ ਆਪਦੇ ਉਹ ਜਿਹੜਾ ਸੀਮਣ ਸੀਗਾ ਉਹ ਆਪਦੀ ਡੈਰੀ 'ਤੇ ਵੀ ਲਾਇਆ ਅਤੇ ਲੋਕਾਂ ਤੱਕ ਵੀ ਪਹੁੰਚਾਇਆ। ਹੁਣ ਆਪਣੇ ਪੰਜਾਬ ਹਰਿਆਣੇ ਦੇ ਵਿੱਚ ਲਗਭਗ ਉਹਨਾਂ ਦਾ ਸੀਮਣ ਪਹੁੰਚ ਚੁੱਕਿਆ ਹੈਗਾ, ਠੀਕ ਹੈ। ਅਤੇ ਉਹਨਾਂ ਨੇ ਜਿਹੜਾ ਉਹ ਲਕਸ਼ਮੀ ਮੱਝ ਖਰੀਦੀ ਅਤੇ ਉਹਦਾ ਲਿਜਾ ਕੇ ਉਹਨਾਂ ਨੇ ਇੱਕ ਉੱਥੇ ਉੱਤੇ ਰਾਕੇ ਦਾ ਜਿਹੜਾ ਰਾਜੂ, ਰਾਜੂ ਆਪਾਂ ਕਹਿ ਦਈਏ ਹੈ ਨਾ, ਵੀ ਰਾਜੂ ਦਾ ਸੀਮਣ ਲਾਇਆ। ਉਤੋਂ ਇੱਕ ਉਹਨਾਂ ਕੋਲ ਕੱਟੀ ਪੈਦਾ ਹੋਈ ਸੀਗੀ, ਉਹਨਾਂ ਨੇ ਡੇਅਰੀ ਫਾਰਮ 'ਤੇ ਰੱਖ ਲਈ। ਇੱਕ ਸੂਏ ਦਾ ਉਹਨਾਂ ਕੋਲ ਕੱਟਾ ਪੈਦਾ ਹੋਇਆ ਸੀਗਾ, ਠੀਕ ਹੈ, ਉਹਦਾ ਨਾਂ ਉਹਨਾਂ ਨੇ ਰੱਖਿਆ ਦਰੋਨਾ ਬੁੱਲ। ਅਤੇ ਉਹ ਦਰੋਨਾ ਬੁੱਲ ਜਿਹੜਾ ਰੱਖਿਆ ਹੋਇਆ ਉਹਦੀ ਮਾਂ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਬਹੁਤ ਜ਼ਿਆਦਾ ਚੰਗਾ ਰਿਕਾਰਡ ਸੀਗਾ, ਜਿਹੜੀ ਉਹਦਾ ਮਾਂ ਦਾ ਕਹਿ ਸਕਦੇ ਆਪਾਂ, ਜਿਹੜੀ ਲਕਸ਼ਮੀ ਦਾ ਰਿਕਾਰਡ ਜਿਹੜਾ ਦੁੱਧ ਸੀਗਾ 305 ਦਿਨਾਂ ਦਾ ਜਿਹੜਾ ਦੁੱਧ ਰਿਕਾਰਡ ਹੁੰਦਾ ਉਹ 6330 ਕਿਲੋ ਦੁੱਧ ਰਿਕਾਰਡ ਹੋਇਆ ਸੀਗਾ, ਠੀਕ ਹੈ। ਮੇਰੇ ਹਿਸਾਬ ਨਾਲ ਵੀ 22-30 ਕਿਲੋ ਦੁੱਧ ਮੱਝ ਨੇ ਦਿੱਤਾ ਹੋਣਾ ਹੈਗਾ ਉੱਧਰ ਜਾ ਕੇ, 6330 ਕਿਲੋ ਦੁੱਧ ਬਹੁਤ ਜ਼ਿਆਦਾ ਹੁੰਦਾ ਸੂਏ ਦਾ, ਅਤੇ ਉਹਨਾਂ ਨੇ ਉੱਧਰ ਜਾ ਕੇ ਮੱਝ ਦਾ ਰਿਕਾਰਡ ਕਰਵਾਇਆ। ਇੱਧਰਲੇ ਰਿਕਾਰਡ 'ਤੇ ਨਹੀਂ ਰਹੇ ਉਹ ਕਿਸੇ ਦੇ ਵੀ, ਉੱਧਰ ਲਗੇ ਲਿਜਾ ਕੇ ਉੱਧਰਲੇ ਉਹਨਾਂ ਨੇ ਰਿਕਾਰਡ ਤਿਆਰ ਆਪ ਕੀਤੇ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਇਹ ਦਰੋਨਾ ਵੱਲੋਂ ਉਹ ਲਕਸ਼ਮੀ ਮੱਝ ਤੋਂ ਦਰੋਨਾ ਵੱਲੋਂ ਪੈਦਾ ਕੀਤਾ, ਠੀਕ ਹੈ, ਇਹਦਾ ਜਿਹੜਾ ਬਾਪ ਉਹ ਰਾਜੂ ਹੋ ਗਿਆ ਰਾਕਾ ਅਤੇ ਮਾਂ ਲਕਸ਼ਮੀ ਹੋ ਗਈ, ਤਾਂ ਕਰਕੇ ਜਿਹੜਾ ਬੁੱਲ ਹੈ ਦਰੋਨਾ ਇਹਦੇ ਬੱਚੇ ਵੀ ਆ ਗਏ, ਬਹੁਤ ਜ਼ਿਆਦਾ ਸੋਹਣੇ ਬੱਚੇ ਆਏ ਹੈਗੇ, ਕੱਟੀਆਂ ਬਹੁਤ ਜ਼ਿਆਦਾ ਸੋਹਣੀਆਂ ਮੈਂ ਦੇਖੀਆਂ ਇਹਦੀਆਂ, ਠੀਕ ਹੈ। ਅਤੇ ਇਹ ਬੁੱਲ ਦੇ ਵਿੱਚ ਆਪ 'ਚ ਬਹੁਤ ਜ਼ਿਆਦਾ ਬਿਊਟੀ ਹੈ ਨਾ, ਜਿਵੇਂ ਲਕਸ਼ਮੀ ਹੈ ਹੂ ਹੂ ਲਕਸ਼ਮੀ ਦੀ ਕਾਪੀ ਹੈ ਇਹ ਬੁੱਲ, ਅਤੇ ਇਹ ਤੋਂ ਚੰਗੇ ਬੱਚਿਆਂ ਦੀ ਉਮੀਦ ਹੈਗੀ, ਦੁੱਧ 'ਤੇ ਵੀ ਆਉਣਗੇ ਚੰਗੇ, ਅਤੇ ਜਦੋਂ ਆਏ ਉਦੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਹੈ ਨਾ ਦਿਖਾਉਣ ਦੀ, ਪਰ ਬਿਊਟੀ ਬਹੁਤ ਜ਼ਿਆਦਾ ਆਉਂਦੀ ਹੈ ਬੱਚਿਆਂ ਦੇ ਵਿੱਚ, ਕਿਉਂਕਿ ਦਰੋਨਾ ਬੁੱਲ ਆ ਬਹੁਤ ਜ਼ਿਆਦਾ ਸੋਹਣਾ ਬੁੱਲ ਆ, ਦੇਖੋ ਬਰੀਕ ਸਿੰਘ ਪੂਰਾ ਕੁੰਡਾ ਸਿੰਘ, ਠੀਕ ਹੈ, ਅਤੇ ਹੋਰ ਹੱਡਾਂ ਪੈਰਾਂ ਦਾ ਬਹੁਤ ਜ਼ਿਆਦਾ ਖੁੱਲ੍ਹਾ ਬੁੱਲ ਹੈ ਇਹ ਨਾ, ਬਹੁਤ ਜ਼ਿਆਦਾ ਬਿਊਟੀ ਹੈ ਇਹਦੇ ਵਿੱਚ, ਪਿਓਰ ਮੋਹਰਾ ਦੇ ਵਿੱਚ ਜਿਹੜਾ ਬੁੱਲ ਹੈ ਕਹਿ ਸਕਦੇ ਹਾਂ ਆਪਾਂ। ਅਤੇ ਇਸ ਜਿਹੜਾ ਰਿਕਾਰਡ ਆ ਦਰੋਨਾ ਬੁੱਲ ਦਾ ਰਿਕਾਰਡ ਸਾਰਾ ਤੁਹਾਡੇ ਸਾਹਮਣੇ ਆ ਗਿਆ, ਮਾਂ ਹੋ ਗਈ ਲਕਸ਼ਮੀ, ਬਾਪ ਹੋ ਗਿਆ ਰਾਕਾ ਰਾਜੂ, ਠੀਕ ਹੈ, ਅਤੇ ਇਹ ਸੀਮਣ ਇਹਦਾ ਵੀ ਦਰੋਨਾ ਬੁੱਲ ਦਾ ਸੀਮਣ ਵੀ ਆਪਣੇ ਇੱਧਰ ਆਰਾਮ ਨਾਲ ਮਿਲ ਜਾਂਦਾ ਹੈਗਾ, ਜੇ ਤੁਸੀਂ ਕਿਸੇ ਡਾਕਟਰ ਨੂੰ ਕਹੋਗੇ ਤਾਂ ਵੀ ਤੁਹਾਡੇ ਕੋਲ ਅਵੇਲੇਬਲ ਹੋ ਜੂਗਾ। ਤਾਂ ਜਿਹੜੀ ਬਰੀਡ ਹੈ ਮੇਰੇ ਹਿਸਾਬ ਦੇ ਨਾਲ ਇਹ ਬੁੱਲ ਬਰੀਡ ਸੁਧਾਰਨ ਦੇ ਵਿੱਚ, ਕਿਉਂਕਿ ਅੱਗੇ ਜਾ ਕੇ ਤਾਂ ਦੇਖੋ ਕੀ ਬਣਨਾ ਪਤਾ ਨਹੀਂ ਹੁੰਦਾ, ਪਰ ਜਿਹੜੀ ਅੱਜ ਦੀ ਘੜੀ ਦੇ ਵਿੱਚ ਜੋ ਰਿਕਾਰਡ ਹੈ ਜਿਹੜੇ ਸਾਰੇ ਬਹੁਤ ਜ਼ਿਆਦਾ ਚੰਗੇ ਹੈਗੇ, ਇਹਨਾਂ ਨੇ ਪੈਸਾ ਲਾਉਣ ਦੀ ਕੋਈ ਕਮੀ ਨਹੀਂ ਛੱਡੀ, ਚੰਗੇ ਤੋਂ ਚੰਗੀ ਮੱਝ ਛਾਂਟ ਕੇ ਤਕਰੀਬਨ, ਕਿਉਂਕਿ ਆਪਾਂ ਅਕਸਰ ਹੀ ਸੁਣਦੇ ਹੁੰਦੇ ਸੀ ਯਾਰ ਮੱਝ ਇੰਨੇ ਦੀ ਵਿਕ ਗਈ ਕਿੱਧਰ ਗਈ ਆ ਆਂਧਰਾ 'ਚ, ਠੀਕ ਹੈ, ਅਤੇ ਉਹ ਅੱਜ ਹੁਣ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੈਗਾ ਹੈ ਨਾ, ਵੀ ਉਹ 25-25 ਲੱਖ ਰੁਪਏ ਉਹਨਾਂ ਨੇ ਕਾਹਦੇ ਵਾਸਤੇ ਲਾਇਆ ਸੀਗਾ, ਵੀ ਉਹਨਾਂ ਨੇ ਇਹਨਾਂ ਬੁੱਲਾਂ ਤੋਂ ਸੀਮਣ ਤਿਆਰ ਕਰਨਾ ਸੀਗਾ, ਪਰ ਮੱਝਾਂ ਆਪ ਲੈ ਕੇ ਗਏ ਖਰੀਦ ਕੇ,
ਮਹਿੰਗੀਆਂ ਤੋਂ ਮਹਿੰਗੀਆਂ, ਠੀਕ ਹੈ, ਚੰਗੀ ਤੋਂ ਚੰਗੀ ਮੱਝ, ਟੌਪ ਦੀ ਮੱਝ ਖਰੀਦ ਕੇ ਲੈ ਗਏ। ਉੱਥੋਂ ਬਾਅਦ ਜਾ ਕੇ ਉਹਨਾਂ ਨੇ ਬਰੀਡਿੰਗ ਕਰੀ, ਬਰੀਡਿੰਗ ਕਰਕੇ ਜਿਹੜੇ ਬੁੱਲ ਪੈਦਾ ਹੋਏ, ਠੀਕ ਹੈ, ਉਹ ਬੁੱਲਾਂ ਦਾ ਸੀਮਨ ਉਹਨਾਂ ਨੇ ਤਿਆਰ ਕਰਿਆ, ਸੀਮਨ ਬੈਂਕ ਲਾਈ। ਅਤੇ ਇਹਨਾਂ ਦੇ ਸੀਮਨ ਬੈਂਕ ਦੀ ਇੱਕ ਹੋਰ ਖਾਸੀਅਤ ਹੈ ਵੀ ਜਿਹੜੇ ਇਹਨਾਂ ਦੇ ਸੀਮਨ ਹੁੰਦੇ ਆ ਲਗਭਗ ਵੀ ਉਹਨਾਂ ਦਾ ਜਿਹੜਾ ਕਨਸੀਵ ਰੇਟ ਜਿਹੜਾ ਹੈਗਾ ਗਾ ਉਹ ਬਹੁਤ ਜ਼ਿਆਦਾ ਹੈਗਾ, ਠੀਕ ਹੈ। ਜਿਹੜਾ ਮੱਝਾਂ ਕਨਸੀਵ ਕਰਦੀਆਂ ਹੈਗੀਆਂ ਉਹ ਬਹੁਤ ਜ਼ਿਆਦਾ ਛੇਤੀ ਕਨਸੀਵ ਕਰਦੀਆਂ ਹੈਗੀਆਂ, ਇੱਕ ਸੀਮਨ ਦੀ ਕਨਸੀਵ ਕਰ ਜਾਂਦੀਆਂ, ਇਹ ਨਹੀਂ ਵੀ ਯਾਰ ਚਾਰ ਚਾਰ ਪੰਜ ਪੰਜ ਸੀਮਨ ਲਾਉਣੇ ਪੈਣ, ਹੈ ਨਾ। ਚਲੋ ਮੱਝਾਂ ਦਾ ਹਿਸਾਬ ਕਿਤਾਬ ਹੁੰਦਾ ਅੱਡੋ ਅੱਡੀ, ਪਰ ਸੀਮਨ ਜਿਹੜਾ ਉਹਨਾਂ ਦਾ ਉਹ ਬਹੁਤ ਜ਼ਿਆਦਾ ਚੰਗਾ, ਕੁਆਲਿਟੀ ਬਹੁਤ ਜ਼ਿਆਦਾ, ਸਪਰਮ ਬਹੁਤ ਜ਼ਿਆਦਾ, ਹੈ ਨਾ। ਇਹ ਨਹੀਂ ਕਿਉਂਕਿ ਕੁਆਲਿਟੀ ਜਿਹੜੀ ਬਣਦੀ ਹੈ ਕਿੱਥੇ ਤਾਂ ਜਦੋਂ ਇੱਕ ਵਾਰੀ ਬੁੱਲ ਸੀਮਨ ਦਿੰਦਾ ਉਸ ਤੋਂ ਜ਼ਿਆਦਾ ਸੀਮਨ ਤਿਆਰ ਕਰੇ ਹੁਣ, ਕਿੱਥੇ ਘੱਟ ਕਰੇ ਹੁਣ, ਹੈ ਨਾ। ਬਾਕੀ ਜਿਹੜੀ ਬੁੱਲਾਂ ਦੀ ਸਾਂਭ ਸੰਭਾਲ 'ਤੇ ਡਿਪੈਂਡ ਕਰਦਾ ਹੈਗਾ, ਦੇਖ ਰੇਖ 'ਤੇ, ਤਾਂ ਜਿਹੜੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸੀਮਨ ਦੀ। ਤਾਂ ਬਹੁਤ ਬਹੁਤ ਧੰਨਵਾਦ ਬਈ ਵੀਡੀਓ ਨੂੰ ਦੇਖਣ ਵਾਸਤੇ, ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਅੱਗੇ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।